ਅੱਜ ਫਗਵਾੜਾ ਸ਼ਹਿਰ ਵਿਖੇ ਰਾਮਨੌਮੀ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਦੌਰਾਨ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਵੱਖ ਵੱਖ ਰਾਜਨੀਤਿਕ ਆਗੂਆਂ ਨੇ ਇਸ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਸਮੂਹ ਸੰਗਤ ਨੂੰ ਪ੍ਰਭੂ ਰਾਮ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਆਓ ਰਲ ਕੇ ਭਗਵਾਨ ਰਾਮ ਦੇ ਰਸਤੇ ਰਸਤੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ, ਸ਼ਹਿਰ ਸੁੱਖ ਸ਼ਾਂਤੀ ਅਤੇ ਤਰੱਕੀ ਦੀ ਪ੍ਰਭੂ ਦੇ ਕੇ ਸਪਨਾ ਕਰੀਏ। ਜੈ ਸ਼੍ਰੀ ਰਾਮ। ਉੱਘੀ ਸਮਾਜ ਸੇਵਿਕਾ ਮੈਡਮ ਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਸ਼ੋਭਾ ਯਾਤਰਾ ਦੌਰਾਨ ਸੰਗਤ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਨਾਲ ਹੀ ਉਹਨਾਂ ਨੇ ਇਸ ਦਿਨ ਦੀ ਵਧਾਈ ਦਿੱਤੀ। ਜਿੰਦਰ ਜੀ ਮਹਾਰਾਜ ਜੀ ਦੇ ਰਾਮਨੌਮੀ ਦੇ ਉਪਲਕਸ਼ ਦੇ ਵਿੱਚ ਅੱਜ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ। ਬਹੁਤ ਉਤਸ਼ਾਹ ਆ ਸ਼ੋਭਾ ਯਾਤਰਾ ਦੇ ਵਿੱਚ। ਮੈਂ ਆਪਣੇ ਵੱਲੋਂ ਸਾਰਿਆਂ ਨੂੰ ਰਾਮਨੌਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ। ਭਗਵਾਨ ਰਾਮ ਆਪਣੀ ਕਿਰਪਾ ਸਾਰਿਆਂ 'ਤੇ ਬਣਾਈ ਰੱਖੇ, ਸਾਰਿਆਂ ਨੂੰ ਖੁਸ਼ਹਾਲ ਰੱਖਣ। ਜੈ ਸ਼੍ਰੀ ਰਾਮ। ਇਸੇ ਤਰ੍ਹਾਂ ਕਾਂਗਰਸ ਦੇ ਸੀਨੀਅਰ ਲੀਡਰ ਮੈਡਮ ਸੰਤੋਸ਼ ਕੁਮਾਰੀ ਨੇ ਵੀ ਰਾਮਨੌਮੀ ਦੀ ਸਾਰਿਆਂ ਨੂੰ ਵਧਾਈ ਦਿੱਤੀ। ਸੌਭਾਗਿਸ਼ਾਲੀ ਇਸ ਸਮੇਂ ਉਤਸਵ ਕੇ ਰੂਪ ਮੇਂ ਮਨਾਤੇ ਹੋਏ ਯਹਾਂ ਪਰ ਪਧਾਰੇ। ਮੈਂ ਵੀ ਖੁਦ ਸੌਭਾਗਿਸ਼ਾਲੀ ਸਮਝ ਰਹੀ ਹਾਂ। ਸ਼੍ਰੀ ਰਾਮ ਕੇ ਬਿਨਾ, ਉਨਕੇ ਨਾਮ ਕੇ ਬਿਨਾ ਜੀਵਨ ਮੇਂ ਕਦਮ ਜੋ ਹਮ ਰੱਖਤੇ ਹੈ ਵੋ ਵੀ ਕਠਿਨ ਹੈ। ਔਰ ਸਭਕੋ ਪਰਮਾਤਮਾ ਸੁਖ ਸ਼ਾਂਤੀ ਦੇ, ਭਵਿਸ਼ਯ ਉਜਵਲ ਹੋ, ਹਿੰਦੁਸਤਾਨ ਕੀ ਏਕਤਾ ਅਖੰਡਤਾ ਬਣੀ ਰਹੇ, ਪਰਿਵਾਰ ਮੇਂ ਪਿਆਰ ਰਹੇ। ਯਹੀ ਐਸੇ ਸ਼ੁਭ ਦਿਨ ਕੇ ਸਮੇਂ ਪਰ ਮੈਂ ਕਾਮਨਾ ਕਰਤੀ। ਹਲਕਾ ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਆਪਣੇ ਅਤੇ ਆਮ ਆਦਮੀ ਪਾਰਟੀ ਵੱਲੋਂ ਸਾਰੇ ਸ਼ਹਿਰ ਨੂੰ ਵਧਾਈ ਦਿੱਤੀ। ਜੈ ਸ਼੍ਰੀ ਰਾਮ। ਅੱਜ ਫਗਵਾੜਾ ਤੋਂ ਇੱਕ ਬਹੁਤ ਵੱਡੀ ਜਿਹੜੀ ਸਾਡੇ ਅਜੇ ਮਹਿਤਾ ਜੀ ਉਹਨਾਂ ਦੀ ਅਗਵਾਈ ਵਿੱਚ ਮੁਨੀ ਮੰਦਰ ਤੋਂ ਜਿਹੜੀ ਪੁਰਾਣੀ ਦਾਣਾ ਮੰਡੀ ਤੋਂ ਇੱਕ ਸ਼ੋਭਾ ਯਾਤਰਾ ਬਹੁਤ ਵੱਡੀ ਰਾਮਨੌਮੀ ਸੰਬੰਧ ਸ਼ੁਰੂ ਹੋ ਰਹੀ ਆ, ਜਿਹਦੇ ਵਿੱਚ ਸਾਰੇ ਹੀ ਧਾਰਮਿਕ ਔਰ ਸਾਰੇ ਹੀ ਰਾਜਨੀਤਿਕ ਸਾਰੇ ਹੀ ਭਗਤ ਅੱਜ ਰਾਮ ਮੰਦਰ ਜਿਹੜੇ ਸਾਡੇ ਸ਼੍ਰੀ ਰਾਮ ਜੀ ਦੇ ਭਗਤ ਉਹ ਸਾਰੇ ਅੱਜ ਬੋਲ ਰਹੇ ਹਨ। ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਾਰਿਆਂ ਨੂੰ ਰਾਮਨੌਮੀ ਦੇ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ। ਜੈ ਸ਼੍ਰੀ ਰਾਮ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਨੌਮੀ ਤੇ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜਿਸ ਵਿੱਚ ਹਰ ਸ਼ਹਿਰ ਵਾਸੀ ਪ੍ਰਭੂ ਰਾਮ ਦੇ ਨਾਮ ਵਿੱਚ ਰੰਗਿਆ ਹੋਇਆ ਦਿਖਾਈ ਦੇ ਰਿਹਾ। ਮੇਰੇ ਸਾਰੇ ਭਗਤ ਜਿਹੜੇ ਫਗਵਾੜੇ ਦੇ ਆ ਰਾਮ ਚੰਦਰ ਜੀ ਦੇ ਇਹਦੇ ਵਿੱਚ ਰੰਗੇ ਹੋਏ ਆ ਔਰ ਸਾਰਿਆਂ ਨੂੰ ਰਾਮ ਚੰਦਰ ਜੀ ਦਾ ਆਸ਼ੀਰਵਾਦ ਮਿਲ ਰਿਹਾ ਆ। ਅਸੀਂ ਸਾਰੀ ਟੀਮ ਵਿਸ਼ੇ ਬਿੰਦੂ ਸੰਘ ਵੱਲੋਂ ਔਰ ਅਖੰਡ ਭਾਰਤ ਵੱਲੋਂ ਅਸੀਂ ਇਹ ਜਿਹੜਾ ਹਰ ਸਾਲ ਜਿਹੜੀ ਆ ਸ਼ੋਭਾ ਯਾਤਰਾ ਕੱਢਦੇ ਆ, ਸਾਰਿਆਂ ਦੇ ਆਸ਼ੀਰਵਾਦ ਦੇ ਨਾਲ ਇਹ ਸ਼ੋਭਾ ਯਾਤਰਾ ਕਾਮਯਾਬ ਹੋ ਰਹੀ ਹੈ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਅੱਜ ਰਾਮਨੌਮੀ ਦੇ ਉਪਲਕਸ਼ ਦੇ ਵਿੱਚ ਵਿਸ਼ਵ ਹਿੰਦੂ ਸੰਘ ਅਤੇ ਸ਼ਿਵ ਸੈਨਾ ਅਖੰਡ ਭਾਰਤ ਵੱਲੋਂ ਕਈ ਸਾਲਾਂ ਤੋਂ ਰਾਮਨੌਮੀ ਦੇ ਉਪਲਕਸ਼ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ। ਅੱਜ ਵੀ ਉਹਦੇ ਉਪਲਕਸ਼ ਵਿੱਚ ਹਜ਼ਾਰਾਂ ਹੀ ਲੋਕਾਂ ਦਾ ਇਕੱਠ ਪ੍ਰਭੂ ਰਾਮ ਦੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਆ। ਜਿੰਨੇ ਵੀ ਪ੍ਰਭੂ ਰਾਮ ਦੀ ਸ਼ੋਭਾ ਯਾਤਰਾ ਸ਼ਾਮਿਲ ਆਏ ਹੋਣ ਵਾਸਤੇ ਆਏ, ਉਹਨਾਂ ਨੂੰ ਬਹੁਤ ਬਹੁਤ ਵਧਾਈ ਔਰ ਪ੍ਰਭੂ ਰਾਮ ਦਾ ਆਸ਼ੀਰਵਾਦ ਲੈਣ ਵਾਸਤੇ ਆਏ ਆ। ਜੈ ਸ਼੍ਰੀ ਰਾਮ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ।